ਵੀ ਤੇ ਤਵਾ ਹੋਵੇ ਪਰ ਰੋਟੀ ਸੜੇ ਕਿਉਂ, ਹਾਂਜੀ ਤੇ ਜਿੱਦਾਂ ਕਹਿੰਦੇ ਵੀ ਮੁੰਡਾ ਹੋਵੇ ਚੰਗਾ ਤੇ ਬਹੂ ਲੜੇ ਕਿਉਂ, ਹਾਂਜੀ ਜੇ ਸੁਹਾਗਾ ਆ ਤੇ ਇਹ ਜੇ ਸੁਹਾਗਾ ਹੀ ਮਾੜਾ ਤੁਹਾਡੀ ਬੈਲੀ ਨਹੀਂ ਬਣਦੀ, ਬਿਲਕੁਲ ਜੀ। ਤੇ ਇਹ ਸੰਦ ਜਿਹੜੇ ਹੋਏ ਹੈਵੀ ਡਿਊਟੀ ਰੱਖਣੇ ਪੈਂਦੇ ਸਾਨੂੰ ਇਹ। ਇਹਨਾਂ ਦਾ ਵਜ਼ਨ ਕਿੰਨਾ ਕੁ ਹੋਊਗਾ ਜੀ? ਤਕਰੀਬਨ ਘੱਟੋ ਘੱਟ ਵੀ ਮੈਨੂੰ ਤਾਂ 5-5 ਕੁਇੰਟਲ ਲੱਗਦਾ ਜੀ। ਅੱਛਾ ਜੀ, ਬਾਕੀ ਇਹਨੂੰ ਤਕਰੀਬਨ ਜੀ ਇਹ ਸਨ ਅਸੀਂ 85 'ਚ ਪੜਾਇਆ ਸੀਗਾ ਜੀ। ਅੱਛਾ ਜੀ, ਤੇ ਤੇਲ ਦੀ ਸ਼ੋਰਟੇਜ ਆ ਜਾਂਦੀ ਸੀਗੀ, ਫਿਰ ਸਟੋਰ ਕਰ ਲਈਦਾ। ਅੱਛਾ, ਨਾਲੇ ਇਹਦੇ ਨਾਲ ਮਤਲਬ ਜਿੰਨੀ ਗਾਲ ਆ ਥੱਲੇ ਬੈਠ ਜਾਂਦੀ ਆ, ਸ਼ੁੱਧ ਤੇਲ ਮਿਲਦਾ ਟਰੈਕਟਰਾਂ ਨੂੰ। ਹਾਂਜੀ, ਫਿਲਟਰ ਵਗੈਰਾ ਚੋਕ ਨਹੀਂ ਹੁੰਦੇ। ਬਿਲਕੁਲ ਜੀ। ਹਾਂਜੀ, ਤੇ ਇਹ 'ਚ ਸਟੋਰ ਕਿਵੇਂ ਕਰਦੇ ਤੇਲ ਤੁਸੀਂ? ਇਹ ਸਾਡੇ ਟੈਂਕ ਜਿਹੜੀ ਗੱਡੀ ਆ ਉਹ ਇੱਥੇ ਆ ਜਾਂਦੀ ਆ ਜੀ। ਅੱਛਾ ਜੀ, ਸਪੈਸ਼ਲ ਗੱਡੀ ਆਉਂਦੀ? ਸਪੈਸ਼ਲ ਗੱਡੀ ਸੰਗਰੂਰ ਤੋਂ ਭਰ ਕੇ ਸਿੱਧੀ ਇੱਥੇ ਆ ਜਾਂਦੀ ਆ। ਅੱਛਾ ਜੀ, ਅਸੀਂ ਉਹਨਾਂ ਨੂੰ ਫਿਰ ਸਾਨੂੰ ਸਸਤਾ ਦੇ ਦਿੰਦੇ ਤੇਲ। ਅੱਛਾ ਜੀ, ਇਸ ਦਰਿਆ 'ਚੋਂ ਪਾਣੀ ਚੱਕਦੇ ਆ ਤੇ ਆਪਾਂ ਤੁਹਾਨੂੰ ਹੁਣ ਚਲਾ ਕੇ ਵੀ ਦਿਖਾਉਂਦੇ ਆ ਵੀ ਇਹ ਕਿੰਨਾ ਕੁ ਪਾਣੀ ਇੱਥੋਂ ਮੋਟਰਾਂ ਦਾ ਹੈਗਾ ਜੀ। ਸਮੱਸਿਆ ਨਹੀਂ ਹੋਣੀ? ਕੋਈ ਸਮੱਸਿਆ ਨਹੀਂ, ਸਾਡੇ ਕੋਲ ਪਾਣੀ ਵਾਧੂ ਆ ਜੀ। ਅੱਛਾ ਜੀ, ਅਸੀਂ ਤਾਂ ਜਿਹੜੀ ਪਾਈਪ ਲੈਣਾ ਨਾ ਡਬਲ ਕੀਤੀ ਹੋਈ ਆ ਜੀ। ਇਹ ਦਰਿਆ 'ਚ ਪਾਣੀ ਆਉਂਦੇ ਰਹਿੰਦਾ ਵਾ? ਆਉਂਦਾ ਰਹਿੰਦਾ, ਹਾਂਜੀ ਹਾਂ, ਚੁੱਪ ਤਕਰੀਬਨ ਕਦੇ ਕਦੇ ਆਰਡਰ ਆ ਜੇ ਸੁੱਕ ਜਾਂਦਾ। ਹਾਂਜੀ ਦੋਸਤੋ, ਹੁਣ ਆਪਾਂ ਆਏ ਹਾਂ ਜੀ, ਜਿਵੇਂ ਕਿ ਤੁਹਾਨੂੰ ਪਹਿਲਾਂ ਮਾਨ ਟਰੈਕਟਰ ਦੀ MAN ਟਰੈਕਟਰ ਦੀ ਵੀਡੀਓ ਦਿਖਾਈ ਸੀ, ਅਤੇ ਭੰਗੂ ਫਾਰਮ ਜਿਹੜਾ ਹੈਗਾ ਜੀ ਕਾਠ ਪਿੰਡ ਇਹ, ਅਤੇ ਇੱਥੇ ਆਪਾਂ ਆਏ ਹਾਂ ਜੀ, ਅਤੇ ਤੁਹਾਨੂੰ ਇਹਨਾਂ ਦੇ ਇੰਪਲੀਮੈਂਟ ਦਿਖਾਉਣੇ ਆ, ਟਰੈਕਟਰ ਦਿਖਾਉਣੇ ਆ ਜੀ। ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰਦਾਰ ਸਾਹਿਬ, ਇੱਕ ਆਪਾਂ ਦੇਖ ਰਹੇ ਸੁਹਾਗੇ ਤੁਸੀਂ ਵੱਖਰੇ ਕੁਛ ਬਣਾਏ ਹੋਏ ਆ, ਇਹਦਾ ਕੀ ਕਾਰਨ ਹੈ ਜੀ? ਇਹ ਸਾਡੀ ਜ਼ਮੀਨ ਡੱਕਰ ਆ ਜੀ। ਹਾਂਜੀ, ਅਤੇ ਜਦੋਂ ਮਤਲਬ ਕਿ ਜ਼ਮੀਨ ਜਿਹੜੀ ਆ, ਕਹਿੰਦੇ ਹੁੰਦੇ ਵੀ ਤਵਾ ਹੋਵੇ ਪਰ ਰੋਟੀ ਸੜੇ ਕਿਉਂ, ਹਾਂਜੀ ਤੇ ਜਿੱਦਾਂ ਕਹਿੰਦੇ ਵੀ ਮੁੰਡਾ ਹੋਵੇ ਚੰਗਾ ਤੇ ਬਹੂ ਲੜੇ ਕਿਉਂ, ਹਾਂਜੀ ਜੇ ਸੁਹਾਗਾ ਆ ਤੇ ਇਹ ਜੇ ਸੁਹਾਗਾ ਹੀ ਮਾੜਾ ਤੁਹਾਡੀ ਬੈਲੀ ਨਹੀਂ ਬਣਦੀ। ਬਿਲਕੁਲ ਜੀ। ਤੇ ਇਹ ਸੰਦ ਜਿਹੜੇ ਹੋਏ ਹੈਵੀ ਡਿਊਟੀ ਰੱਖਣੇ ਪੈਂਦੇ ਸਾਨੂੰ ਇਹ। ਇਹਨਾਂ ਦਾ ਵਜ਼ਨ ਕਿੰਨਾ ਕੁ ਹੋਊਗਾ ਜੀ? ਤਕਰੀਬਨ ਘੱਟੋ ਘੱਟ ਵੀ ਮੈਨੂੰ ਤਾਂ 5-5 ਕੁਇੰਟਲ ਲੱਗਦਾ ਜੀ। ਅੱਛਾ ਜੀ, ਬਾਕੀ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਵੀ ਮਿੱਟੀ ਭਰ ਲੈਂਦੇ ਆ? ਮਿੱਟੀ ਆਪੇ ਭਰ ਜਾਂਦੀ ਆ ਜੀ। ਅੱਛਾ ਜੀ, ਮਿੱਟੀ ਆਪੇ ਭਰ ਜਾਂਦੀ ਆ ਜੀ। ਠੀਕ ਹੈ ਜੀ। ਬੈਲੈਂਸ ਕਰਨ ਵਾਸਤੇ ਵੇਟ ਲਾਇਆ ਹੋਇਆ ਜੀ। ਹਾਂਜੀ, ਉਧਰਲੇ ਪਾਸੇ ਟਾਇਰ ਆ ਗਿਆ, ਇਹ ਟਾਇਰਾਂ ਦਾ ਵੇਟ ਜ਼ਿਆਦਾ ਵੇਟ ਹੈ ਜੀ। ਠੀਕ ਹੈ ਜੀ, ਉਸ ਹਿਸਾਬ ਨਾਲ ਫਿਰ ਇਹਨਾਂ ਨੂੰ ਬੈਲੈਂਸ ਕੀਤਾ ਹੋਇਆ। ਅਤੇ ਟਰਾਲੇ ਆਪਣੇ ਕੋਲ ਕਿੰਨੇ ਆ ਜੀ? ਇਹ ਟਰਾਲੇ ਆਪਣੇ ਕੋਲ 6 ਆ ਜੀ। ਅੱਛਾ ਜੀ, ਇਹ ਆਪਣੇ 4 ਤਾਂ ਹੈਗੀਆਂ ਆਪਣੀਆਂ ਲਿਫਟ ਵਾਲੀਆਂ ਜੀ। ਹਾਂਜੀ, 14 ਫੁੱਟੀਆਂ। ਹਾਂਜੀ, 14.5-7। ਹਾਂਜੀ, 2.5 ਉੱਚੀਆਂ ਜੀ ਇਹ। ਠੀਕ ਹੈ ਜੀ, ਅਤੇ ਆਪਾਂ ਖੇਤੀ ਕਿੰਨੇ ਕਿੱਲਿਆਂ ਦੀ ਕਰਦੇ ਹਾਂ ਜੀ ਹੁਣ? ਅਸੀਂ 400 ਏਕੜ ਦੀ ਕਰਦੇ ਹਾਂ ਜੀ। ਅਤੇ ਝੋਨਾ ਕਣਕ ਜਾਂ ਹੋਰ ਵੀ ਕੋਈ ਫਸਲ? ਝੋਨਾ ਕਣਕ ਹੀ, ਹੋਰ ਕੁਛ ਨਹੀਂ ਜੀ। ਅੱਛਾ ਜੀ, ਪਟਵਾਰੀ ਦਾ ਨੰਬਰ ਲੱਗੇ ਆ ਬਕਾਇਦਾ ਜੀ? ਅੱਛਾ ਜੀ, ਹਾਂਜੀ ਹਾਂਜੀ, ਜਿਵੇਂ 1 ਨੰਬਰ ਆ ਹੋ ਗਈ। ਠੀਕ ਹੈ ਜੀ, ਇਸ ਤਰ੍ਹਾਂ 2 ਨੰਬਰ ਹੋ ਗਏ, 3 ਨੰਬਰ। ਇਹ ਨੰਬਰ ਲਗਾਉਣ ਦਾ ਕਾਰਨ ਜੀ ਕੋਈ? ਇਹ ਨੰਬਰਾਂ ਨਾਲ ਜਿਹੜੇ ਵਿੱਢੇ ਆ ਜੀ, ਵਿੱਢੇ ਦੇ ਵਿੱਢਾਂ ਦੀ ਸੈਟਿੰਗ ਆ ਜਾਂਦੀ ਆ ਫਿਰ। ਅੱਛਾ ਜੀ, ਵਿੱਢ ਜਿਹੜੇ ਆ ਉਹ ਮਰ ਕੇ ਹੋਏ, ਰੌਲਾ ਨਹੀਂ ਪੈਂਦਾ, ਉਹਨਾਂ ਦੇ ਨੰਬਰ ਲਾਏ ਹੋਏ ਆ ਜੀ। ਅਤੇ ਅੱਗੇ ਆਪਣੇ ਆਹ ਕਰਾਹਾ ਪਿਆ ਜੀ, ਕੰਪਿਊਟਰ ਕਰਾਹਾ ਜੀ। ਹਾਂਜੀ, ਜਗਦੀਪ ਵਾਲੇ ਦਾ। ਅੱਛਾ ਜੀ, ਅਤੇ ਇਹ ਆਪਣੇ ਸੀਡਰ ਆ ਜੀ, ਡਰੇਲਾਂ। ਠੀਕ ਹੈ ਜੀ, ਅਤੇ ਸੀਡਰੇਲਾਂ 3 ਆ ਜੀ। ਹਾਂ, 3 ਡਰੇਲਾਂ ਜੀ, ਫਿਰ ਇਕੱਠੀਆਂ 2 ਚੱਲਦੀਆਂ ਜੀ, ਚੱਲਦੀਆਂ ਇੰਨੇ ਕਾਰੋਬਾਰ 'ਚ ਫਿਰ। ਹਾਂਜੀ, ਅਤੇ ਉਸ ਤੋਂ ਅੱਗੇ ਰਿਪਰ ਆ ਗਿਆ ਜੀ, ਆਹ ਰੋਟਾਵੇਟਰ ਆ ਗਿਆ ਜੀ। ਠੀਕ ਹੈ ਜੀ, ਅਤੇ ਆਹ ਜਨਰੇਟਰ ਕਿਸ ਕੰਮ ਲਈ ਵਰਤਦੇ ਆ? ਇਹ ਜਦੋਂ ਸਾਨੂੰ ਨੰਬਰ ਕੇ ਆਪਣੇ ਔਡ ਲੱਗ ਜਾਏ ਨਾ, ਹਾਂਜੀ, ਤੁਹਾਡਾ ਕੋਈ ਬੀਜ ਖਰਾਬ ਹੋ ਗਿਆ ਅਤੇ ਔਡ ਲੱਗ ਜਾਂਦੀ ਆ, ਫਿਰ ਜਨਰੇਟਰ 2 ਮੋਟਰਾਂ ਚਲਾਉਂਦਾ ਇਹ ਜੀ। ਅੱਛਾ ਜੀ, ਇਹ 2 ਮਰਗ 4 ਮੋਟਰਾਂ ਚਲਾਉਂਦੇ, ਉਹ 1 ਹੀ ਚਲਾਉਂਦਾ ਪਰਲਾ ਜੀ। ਅੱਛਾ ਜੀ, ਹਾਂਜੀ, ਸਾਰਿਆਂ 'ਤੇ ਇੰਜਨ ਅਲੱਗ ਅਲੱਗ ਫਿੱਟ ਕੀਤੇ ਹੋਏ? ਹਾਂਜੀ 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 ਹਾਂਜੀ। ਠੀਕ ਹੈ ਜੀ, ਅਤੇ ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਤੇ ਆਪਾਂ ਦਰਸ਼ਕਾਂ ਨੂੰ ਵੀ ਦਿਖਾਵਾਂਗੇ, ਇੱਕ ਗੁਰਦਰਿਆ ਤੁਹਾਡੇ ਨੇੜੇ ਆ ਜੀ। ਹਾਂਜੀ ਬਿਲਕੁਲ, ਲੱਗੇ ਜੀ। ਅੱਛਾ ਜੀ, ਆਪਣੇ 6x6 ਦੇ ਪੰਪ ਲੱਗੇ ਆ ਜੀ। ਅੱਛਾ ਜੀ, ਜਿਹੜੇ ਬਹੁਤ ਵਧੀਆ ਪਾਣੀ ਕੱਢਦੇ ਆ। ਠੀਕ ਹੈ ਜੀ, ਜਾਣੀ ਸਬਮਰਸੀਬਲ ਦੀਆਂ 4 ਮੋਟਰਾਂ ਤੋਂ ਉਹ 1। ਅੱਛਾ ਜੀ, ਬਰਾਬਰ ਹੈ ਜੀ, 4 ਮੋਟਰਾਂ ਜਿਹੜਾ ਇਕੱਲਾ ਹੀ ਕੰਮ ਕਰਦਾ ਜੀ ਉਹ। ਠੀਕ ਹੈ ਜੀ, ਸਾਡੀ 15 ਸਪਾਵਰ ਦੀ ਮੋਟਰ ਆ ਹਿੰਦੁਸਤਾਨ। ਹਾਂਜੀ, ਅਤੇ ਇਹਨਾਂ ਨਾਲ ਚਲਾਉਂਦੇ ਫਿਰ ਜਨਰੇਟਰਾਂ ਨਾਲ ਅਸੀਂ। ਅਤੇ ਇੱਕ ਆ ਛੋਟਾ ਟਰੈਕਟਰ ਤੁਸੀਂ HR ਰੱਖਿਆ ਹੋਇਆ, ਅਤੇ ਵੱਡੇ ਟਰੈਕਟਰ ਆਪਾਂ ਬਾਅਦ ਵਿੱਚ ਦਿਖਾ ਦਿੰਦੇ ਹਾਂ। ਇਹ ਤਾਂ ਦੇਖੋ ਜੀ, ਹੁਣ ਜਿੱਦਾਂ ਦਾ ਕੰਮ ਹੈ, ਆਪਾਂ ਜੇ ਹੁਣ ਵੱਡਾ ਟਰੈਕਟਰ ਕਿਸੇ ਕੰਮ ਲੈ ਜਾਈਏ, ਉਹ ਕਲਮਰ ਦੀ ਨਹੀਂ ਹੈ, ਉਹ ਟਾਇਰ ਵੀ ਘਸਣਗੇ, ਤੇਲ ਵੀ ਵੱਧ ਖਾਊਗਾ। ਹਾਂਜੀ, ਇਹ ਜਿੰਨਾ ਲੋੜ ਹੈ ਉਸ ਹਿਸਾਬ ਨਾਲ ਫਿਰ ਛੋਟਾ ਕੰਮ ਕਰੀ ਜਾਂਦਾ, ਜਿੱਦਾਂ ਮੈਂ ਖਰਚੇ ਵਧਣੇ ਆ ਜੀ। ਹਾਂਜੀ, ਕੋਈ ਛੋਟਾ ਮੋਟਾ ਕੰਮ ਕਰਨਾ ਹੈ, ਕੋਈ ਖਾਦ ਬੀਜ ਲੈ ਕੇ ਜਾਣਾ ਜੀ। ਠੀਕ ਹੈ, ਇਸ ਕੰਮ ਨੂੰ। ਹਾਂਜੀ, ਅਤੇ ਵੱਡੇ ਟਰੈਕਟਰ ਵੀ ਆ ਜਾਓ ਜੀ, ਉਹ ਵੀ ਦਿਖਾ ਦਿਓ। ਇੱਕ ਜੀ ਆਹ ਪੱਖਾ, ਇਹ ਕਿਸ ਚੀਜ਼ ਲਈ ਰੱਖਿਆ ਜੀ? ਇਹ ਜੀ ਬਾਸਮਤੀ ਅਸੀਂ 11-21 ਵਗੈਰਾ ਲਾਉਂਦੇ ਹਾਂ। ਹਾਂਜੀ, ਕਈ ਵਾਰ ਹਵਾ ਨਹੀਂ ਹੁੰਦੀ। ਹਾਂਜੀ, ਫਿਰ PTO ਪਾ ਕੇ ਹਵਾ ਦਾ ਕੰਮ। ਠੀਕ ਹੈ ਜੀ, ਹਾਂਜੀ ਬਿਲਕੁਲ ਜੀ, ਹਵਾ ਡਿੱਕਣੀ ਨੇ, ਆਪਣਾ ਕੰਮ ਸ਼ੁਰੂ ਕਰ ਦਿਓ ਬਸ। ਹਾਂਜੀ, ਉਹ ਇੱਕ ਤੁਸੀਂ ਉਹ ਇੱਕ ਕੀ ਉਹ ਕਦ ਲਈ? ਉਹ ਜੀ ਸਾਡੇ ਨਾ ਪਾਣੀ ਡਿਸਚਾਰਜ ਨਹੀਂ ਹੁੰਦਾ ਖੇਤਾਂ, ਜਿਹੜਾ ਕਣਕ ਨੂੰ ਪਾਣੀ ਲਾਉਂਦੇ ਨਾ। ਅੱਛਾ ਜੀ, ਉਹ ਨਿਕਲਦਾ ਨਹੀਂ ਹੈ। ਅੱਛਾ ਜੀ, ਉਹ ਫਿਰ ਇਹਦੇ ਨਾਲ ਮਤਲਬ ਖਾਲੀ ਭਰ ਦਈਦੀ ਆ, ਉਹ ਪਾਣੀ ਡਰੇਨ ਹੋ ਜਾਂਦਾ। ਠੀਕ ਹੈ ਜੀ, ਆਹ ਸਿਸਟਮ ਹੈ ਜੀ।
ਠੀਕ ਹੈ ਜੀ ਹਾਂਜੀ ਹਾਂਜੀ ਇਹ 10 ਮਾਡਲ ਹੈ ਜੀ ਹਾਂਜੀ ਆ ਦੋਨੇ 19 ਮਾਡਲ ਹੈ ਜੀ ਅੱਛਾ ਜੀ ਉਹ ਵੀ 10 ਮਾਡਲ ਹੈ ਜੀ ਠੀਕ ਤੁਹਾਨੂੰ ਜੌਨ ਡੀਅਰ ਤੇ ਅਰਜਨ ਦੇ ਵਿੱਚੋਂ ਤੁਹਾਨੂੰ ਕਿਹੜਾ ਮਹਿੰਦਰਾ ਚ ਤੇ ਜੌਨ ਡੀਅਰ ਚ ਫਰਕ ਤੁਹਾਨੂੰ ਕੀ ਲੱਗਦਾ ਕਿਹੜਾ ਵਧੀਆ ਲੱਗਦਾ ਜਿਹੜਾ ਜੌਨ ਡੀਅਰ ਹੈ ਹੈਵੀ ਜਿਹਦਾ ਸਵਾਗਤ ਸੁਗਾ ਖਿੱਚਣਾ ਹੋਵੇ ਉਹ ਪਿੱਛੇ ਭਾਰਾ ਟਰੈਕਟਰ ਆ ਹਾਂਜੀ ਉਹ ਪਰਵਾਹ ਨਹੀਂ ਕਰਦਾ ਰੋਡ ਦੀ ਅਰਜਨ ਜੀ ਹਾਂਜੀ ਹਾਂਜੀ ਇਹ ਹੈਗੇ ਆਪਣੇ ਪੀ ਟੀ ਓ ਵਾਸਤੇ ਬਹੁਤ ਵਧੀਆ ਹੈਰੋ ਵਾਸਤੇ ਵੀ ਠੀਕ ਹੈ ਜੀ ਅੱਛਾ ਜੀ ਤਕਰੀਬਨ ਤਕਰੀਬਨ ਟਰੈਕਟਰ ਸਾਰੇ ਇੱਕੋ ਜਿਹਾ ਹੀ ਆ ਅੱਛਾ ਜੀ ਇਹਨਾਂ 'ਚ ਹੁਣ ਟਿਊਬਾਂ 'ਚ ਪਾਣੀ ਪਾ ਕੇ ਜਿੱਦਾਂ ਮਰਜ਼ੀ ਵੇਟ ਲਾ ਲਓ ਹਾਂਜੀ ਜਾਣੀ ਇਹਨਾਂ ਦਾ ਵੇਟ ਬਰਾਬਰ ਕਰ ਲਈਦਾ ਆ ਠੀਕ ਫਿਰ ਇਹ ਕੰਮ ਕਰਦੇ ਆ ਠੀਕ ਜੇ ਤੁਸੀਂ ਇਹਨਾਂ ਦੇ ਵੇਟ ਨਹੀਂ ਨਾ ਲਾਓਗੇ ਫਿਰ ਟਰੈਕਟਰ ਨਹੀਂ ਇਹ ਕੰਮ ਕਰਦਾ ਠੀਕ ਉਹ ਟਰੈਕਟਰ ਆਲਰੇਡੀ ਪਹਿਲਾਂ ਹੀ ਭਰਾ ਉਹ ਅੱਛਾ ਜੀ ਹਾਂਜੀ ਇਸ ਤਰ੍ਹਾਂ ਅਤੇ ਬਾਕੀ ਜੀ ਦਰਸ਼ਕੋ ਇਹ ਭੰਗੂ ਸਾਹਿਬ ਦੱਸਦੇ ਸੀਗੇ ਸਰਦਾਰ ਸਾਹਿਬ ਹੁਣੀ ਕਿ ਸਾਰਾ ਪਰਿਵਾਰ ਪੰਜ ਭਾਈ ਏ ਇਕੱਠੇ ਹੈਗੇ ਆ ਪੂਰਾ ਇਹਨਾਂ ਦਾ ਫਾਰਮ ਹਾਊਸ ਜਿਹੜਾ ਇਕੱਠਾ ਵਾ ਇੱਕੋ ਜਗ੍ਹਾ 'ਤੇ ਆ ਅਤੇ ਇੱਕ ਤੁਹਾਨੂੰ ਹੋਰ ਚੀਜ਼ ਤੇਲ ਦੀ ਟੈਂਕੀ ਦਿਖਾਉਣੀ ਜੀ ਇਹਨਾਂ ਕੋਲ ਤੇਲ ਦਾ ਟੈਂਕ ਇੱਕ ਬਹੁਤ ਵੱਡਾ ਹੈਗਾ ਵਾ ਉਹ ਵੀ ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਆ ਉਹ ਟੈਂਕ ਬਹੁਤ ਵੱਡਾ ਹੈਗਾ ਵਾ ਉਹ ਚੱਲ ਦਾ ਤੈਨੂੰ ਇੰਟਰਵਿਊ ਲੈਣ ਆਏ ਆ ਯਾਰ ਸਿੱਧੂ ਸਾਹਿਬ ਇਹ ਗੁਰੂ ਘਰ ਹੈ ਜੀ ਅਤੇ ਇੱਕ ਚੀਜ਼ ਖਾਸ ਜਿਹੜੀ ਹੈਗੀ ਆ ਜੀ ਜੋ ਮਕਾਨ ਹੈਗੇ ਇਹਨਾਂ ਦੇ ਸਾਈਡਾਂ 'ਤੇ ਆ ਅਤੇ ਗੁਰੂ ਮਹਾਰਾਜ ਪ੍ਰਕਾਸ਼ ਹੈਗਾ ਜੀ ਘਰ ਵਿੱਚ ਹੀ ਇਹ ਕਿੰਨਾ ਟਾਈਮ ਹੋ ਗਿਆ ਜੀ ਗੁਰੂ ਮਹਾਰਾਜ ਪ੍ਰਕਾਸ਼ ਸਾਲ 65 ਤੋਂ ਆ ਜੀ ਅੱਛਾ ਜੀ 1965 ਤੋਂ ਗੁਰੂ ਮਹਾਰਾਜ ਘਰ ਪ੍ਰਕਾਸ਼ ਸਾਡਾ ਦਾਦਾ ਜੀ ਚੱਕ ਕੇ ਲੈ ਘੱਗੇ ਤੋਂ ਮਹਾਰਾਜ ਦੀ ਬੀੜ ਜਿਹੜੀ ਸਿਰ 'ਤੇ ਜਾ ਕੇ ਦਏ ਸੀਗੇ ਅੱਛਾ ਜੀ ਕਿਉਂ ਪਹਿਲਾਂ ਸਾਡੇ ਸੜਕ ਨਹੀਂ ਸੀ ਹੁੰਦੀ ਕੱਚਾ ਰਾਹ ਹੁੰਦਾ ਫਿੱਕਾ ਅੱਛਾ ਜੀ ਸਾਡੇ ਦਾਦਾ ਜੀ ਮਤਲਬ ਕਿ ਬਾਬੂ ਚਰਨ ਸਿੰਘ ਜੀ ਭੰਗੂ ਹਾਂਜੀ ਉਹ ਲੈ ਕੇ ਆਏ ਸੀਗੇ ਠੀਕ ਹੈ ਜੀ ਇੱਥੇ ਗ੍ਰੰਥੀ ਸਿੰਘ ਕੋਈ ਵੱਖਰਾ ਵੀ ਰੱਖਿਆ ਜਾਂ ਤੁਸੀਂ ਆਪ ਅਸੀਂ ਆਪ ਹੀ ਕਰਦੇ ਸਾਰੇ ਆਪ ਹੀ ਖਾਂਦੇ ਖਾਂਦੇ ਹਾਂਜੀ ਠੀਕ ਹੈ ਜੀ ਠੀਕ ਹੈ ਮਹਾਰਾਜ ਸਾਡੇ ਮਤਲਬ ਕਿ ਸਾਡੇ ਵਾਈਫ ਹੀ ਕਰ ਲੈਂਦੇ ਆ ਸਾਡੇ ਬ੍ਰਦਰ ਵੀ ਕਰ ਲੈਂਦੇ ਆ ਜੀ ਅੱਛਾ ਜੀ ਸਾਰੇ ਆਪ ਹੀ ਕਰਦੇ ਅਤੇ ਜਿਵੇਂ ਗੁਰਪੁਰਬ ਆਉਂਦੇ ਆ ਜਾਂ ਕੁਛ ਵੀ ਦਿਹਾੜੇ ਆਉਂਦੇ ਆ ਆਪਣੇ ਸਿੱਖ ਧਰਮ ਦੇ ਉਹ ਵੀ ਇੱਥੇ ਤੁਸੀਂ ਕਰਦੇ ਨਹੀਂ ਉਹ ਇਹਨਾਂ ਨੇ ਅਸੀਂ ਸਾਲ ਬਾਅਦ ਅਖੰਡ ਪਾਠ ਕਰਾ ਦਿੰਦੇ ਇੱਕ ਜੀ ਅੱਛਾ ਜੀ ਅਤੇ ਉਦੋਂ ਫੰਕਸ਼ਨ ਕਰ ਦਈਦਾ ਆ ਅਤੇ ਇਹਨਾਂ ਤੋਂ ਜ਼ਿੰਮੇਦਾਰਾਂ 'ਚ ਵੇਧ ਵੀ ਨਹੀਂ ਹੁੰਦਾ ਜੀ ਫਿਰ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਜੀ ਇਹ ਗੁਰੂ ਮਹਾਰਾਜ ਤੁਸੀਂ ਘਰੇ ਪ੍ਰਕਾਸ਼ ਕੀਤਾ ਹੋਇਆ ਵਾ ਤੇਰੀ ਵੀਡੀਓ ਆ ਗਈ ਆ ਵਿੱਚ ਤੇਰੀ ਵੀਡੀਓ ਹੋਣੀ ਵਿੱਚ ਬਾਈਕਾਂ ਦਾ ਵੀ ਦੇਦਾ ਵੀ ਹਾਂਜੀ ਹਾਂਜੀ ਤੇ ਆਹ ਗੱਡੀ ਖੜੀ ਆ ਦੋ ਇੱਧਰ ਖੜੀ ਹੁੰਦੀ ਠੀਕ ਹੈ ਜੀ ਅਤੇ ਇਹ ਹੈਗਾ ਜੀ ਡੀਜ਼ਲ ਟੈਂਕ ਜਿਹੜਾ ਕਾਫੀ ਵੱਡਾ ਬਣਾਇਆ ਹੋਇਆ ਜੀ ਇਹ ਕਿੰਨੇ ਕੁ ਟਾਈਮ ਦਾ ਬਣਿਆ ਹੋਇਆ ਡੀਜ਼ਲ ਟੈਂਕ ਹੈ ਜੀ ਤੁਹਾਡੇ ਕੋਲ ਇਹਨੂੰ ਤਕਰੀਬਨ ਜੀ ਇਹ ਸਨ ਅਸੀਂ 85 'ਚ ਬਣਾਇਆ ਸੀਗਾ ਜੀ ਅੱਛਾ ਜੀ ਅਤੇ ਤੇਲ ਦੀ ਸ਼ੋਰਟੇਜ ਆ ਜਾਂਦੀ ਸੀਗੀ ਫਿਰ ਸਟੋਰ ਕਰ ਲਈਦਾ ਅੱਛਾ ਨਾਲੇ ਇਹਦੇ ਨਾਲ ਮਤਲਬ ਜਿੰਨੀ ਗਾਲ ਆ ਥੱਲੇ ਬੈਠ ਜਾਂਦੀ ਆ ਸ਼ੁੱਧ ਤੇਲ ਮਿਲਦਾ ਟਰੈਕਟਰਾਂ ਨੂੰ ਹਾਂਜੀ ਫਿਲਟਰ ਵਗੈਰਾ ਚੋਕ ਨਹੀਂ ਹੁੰਦੇ ਬਿਲਕੁਲ ਜੀ ਅਤੇ ਇਹ 'ਚ ਸਟੋਰ ਕਿਵੇਂ ਕਰਦੇ ਤੇਲ ਤੁਸੀਂ ਇਹ ਸਾਡੇ ਟੈਂਕ ਜਿਹੜੀ ਗੱਡੀ ਆ ਉਹ ਇੱਥੇ ਆ ਜਾਂਦੀ ਆ ਜੀ ਅੱਛਾ ਜੀ ਸਪੈਸ਼ਲ ਗੱਡੀ ਆ ਸਪੈਸ਼ਲ ਗੱਡੀ ਸੰਗਰੂਰ ਤੋਂ ਭਰ ਕੇ ਸਿੱਧੀ ਇੱਥੇ ਆ ਜਾਂਦੀ ਆ ਅੱਛਾ ਜੀ ਅਸੀਂ ਉਹਨਾਂ ਫਿਰ ਉਹ ਸਾਨੂੰ ਸਸਤਾ ਦੇ ਦਿੰਦਾ ਤੇਲ ਅੱਛਾ ਜੀ ਕਿਉਂਕਿ ਇੱਥੇ ਲੀਟਰ ਦੁੱਧ 20 ਲੀਟਰ ਪਾਉਣਾ ਹਾਂਜੀ ਕਿੱਥੇ ਇਕੱਠੇ ਦੋ ਟੈਂਕ ਸੁੱਟ ਦੇਣੇ ਆ ਦੋ ਟੈਂਕ ਬਿਲਕੁਲ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੀਜ਼ ਆ ਇਕਨੋਮਿਕਲੀ ਆ ਹਾਂਜੀ ਹਾਂਜੀ ਇਹ ਪਹਿਲਾਂ ਕੰਬਾਈਨ ਦਾ ਹੁੰਦਾ ਸੀ ਸਾਡਾ ਸਟੋਰ ਅੱਛਾ ਜੀ ਕੰਬਾਈਨ ਦਾ ਹੁੰਦਾ ਸੀਗਾ ਜੀ ਤੇ ਫਿਰ ਉਹ ਕੰਬਾਈਨ ਵੇਚ ਕੇ ਹੋਇਦਾ ਸ਼ੈੱਡ ਬਣਾ ਲਿਆ ਕੰਬਾਈਨ ਵੀ ਤੁਸੀਂ ਇੰਪੋਰਟਡ ਰੱਖੀ ਹੋਈ ਸੀ ਪਹਿਲਾਂ ਇੱਕ ਜੀ ਜਰਮਨ ਦੀ ਸੀਗੀ ਜੀ 73 ਮਾਡਲ ਜੀ GDR ਹਾਰਵੈਸਟਰ ਅੱਛਾ ਜੀ ਉਹ 2007 ਤੱਕ ਚਲਾਈ ਆ ਜੀ ਤੇ ਉਹ ਹੁਣ ਵਾਲੀਆਂ ਕੰਬਾਈਨਾਂ ਨਾਲ ਉਹਨਾਂ ਦਾ ਕਿਵੇਂ ਤੁਹਾਨੂੰ ਫਰਕ ਉਹਦਾ ਲਾਈਟ ਵੇਟ ਸੀ ਬਹੁਤ ਲਾਈਟ ਵੇਟ ਸੀਗੀ ਜੀ ਅੱਛਾ ਜੀ ਹੁਣ ਤਾਂ 85 ਕੁਇੰਟਲ ਦੀ ਆ ਹਾਂਜੀ ਉਹ ਸਾਰੀ 65 ਕੁਇੰਟਲ ਦੀ ਸੀਗੀ ਤੇ ਟੈਕਨੋਲੋਜੀ ਦਾ ਕੋਈ ਸੀ ਫਰਕ ਟੈਕਨੋਲੋਜੀ ਤਾਂ ਬਹੁਤ ਵਧੀਆ ਸੀਗੀ ਜੀ ਉਹੀ ਟੈਕਨੋਲੋਜੀ ਹੁਣ ਚੱਲਦੀ ਕੰਬਾਈਨਾਂ ਦਾ ਕੋਈ ਫਰਕ ਨਹੀਂ ਪੜਾ ਪਾਇਆ ਉਹਨਾਂ ਨੇ ਅੱਛਾ ਜੀ ਉਹ ਸੇਮ ਉਹੀ ਚੱਲੀ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਉਹਦਾ ਵੀ ਮਾਨ ਦਾ ਇੰਜਣ ਹੁੰਦਾ ਸੀਗਾ ਜੀ ਅੱਛਾ ਜੀ ਚਾਰ ਸਿਲੰਡਰ ਮਾਨ ਦਾ ਇੰਜਣ ਹੁੰਦਾ ਸੀ ਅੱਛਾ ਜੀ ਉਹ ਦੇਖ ਲਓ ਧੂਆਂ ਨੇ ਕਦੇ ਮਾਰਿਆ ਉਸ ਇੰਜਣ ਨੇ ਠੀਕ ਹੈ ਜਦੋਂ ਫਿਰ ਉਹ ਮਰ ਗਿਆ ਫਿਰ ਧੂਆਂ ਮਾਰਨਾ ਉਹਨੇ ਅੱਛਾ ਜੀ ਦੇ ਧੂਆਂ ਕਦੇ ਜਿੱਥੇ ਮਰਜ਼ੀ ਨਾ ਮਰਜ਼ੀ ਲੋੜ ਹੋਵੇ ਧੂਆਂ ਮਾਰਦਾ ਸੀ ਉਹ ਠੀਕ ਹੈ ਜੀ ਡੀਜ਼ਲ ਦਾ ਖਰਚਾ ਉਹ ਘੱਟ ਸੀਗਾ ਉਹਦਾ ਠੀਕ ਹੈ ਜੀ ਉਹਦਾ ਡੀਜ਼ਲ ਦਾ ਸਾਡਾ ਖਰਚਾ ਸੀਗਾ 9 ਲੀਟਰ ਘੰਟੇ ਦਾ ਅੱਛਾ ਜੀ ਜਿਹੜੇ ਅੱਜ ਕੱਲ੍ਹ ਇਹ ਲੈਂਡ ਆ ਇਹ 13-14 ਇੰਨਾ ਖਾਂਦੇ ਆ ਘੰਟੇ ਦਾ ਬਿਲਕੁਲ ਜੀ ਇਸ ਤਰ੍ਹਾਂ ਸੀਗਾ ਜਾਂ ਜਰਮਨ ਦੀ ਟੈਕਨੋਲੋਜੀ ਜਿਹੜੀ ਆ ਸਾਰਿਆਂ ਨੂੰ ਉੱਪਰ ਆ ਜੀ ਮੈਂ ਤਾਂ ਇਹ ਕਹੂੰਗਾ ਕੁੱਲ ਮਿਲਾ ਕੇ ਹਾਂਜੀ ਚਲੋ ਠੀਕ ਆ ਅੱਜ ਕੱਲ੍ਹ ਸਾਰੇ ਮੁਲਕ ਹੀ ਤਰੱਕੀ ਕਰਦੇ ਆ ਪਰ ਜੋ ਚੀਜ਼ ਜਰਮਨ ਉਹ ਜਰਮਨ ਹੀ ਬਿਲਕੁਲ ਜੀ ਬਿਲਕੁਲ ਹਾਂਜੀ ਹੁਣ ਆਪਾਂ ਆ ਗਏ ਹਾਂ ਜੀ ਇੱਥੇ ਸਰਦਾਰ ਸਾਹਿਬ ਹੁਣਾਂ ਦੇ ਜਿਹੜਾ ਖੇਤਾਂ ਦੇ ਵਿੱਚ
ਨਾਲ ਹੀ ਆ ਘੱਗਰ ਦਰਿਆ ਜੀ ਇਸ ਸਾਈਡ ਇਹਨਾਂ ਦਾ ਇੱਥੇ ਖੇਤ ਹੈਗੇ ਆ ਅਤੇ ਇੱਥੇ ਕਨੈਕਸ਼ਨ ਲਏ ਹੋਏ ਇਹਨਾਂ ਦੇ ਜੀ ਇਸ ਦਰਿਆ 'ਚੋਂ ਪਾਣੀ ਚੱਕਦੇ ਆ ਅਤੇ ਆਪਾਂ ਤੁਹਾਨੂੰ ਹੁਣ ਚਲਾ ਕੇ ਵੀ ਦਿਖਾਉਂਦੇ ਹਾਂ ਵੀ ਇਹ ਕਿੰਨਾ ਕੁ ਪਾਣੀ ਇੱਥੋਂ ਮੋਟਰਾਂ ਦਾ ਹੈਗਾ ਜੀ ਚਲਾਇਓ ਜੀ ਇਹ ਅਤੇ ਸਰਦਾਰ ਸਾਹਿਬ ਇਹ ਤੁਸੀਂ ਕਨੈਕਸ਼ਨ ਕਿੰਨੇ ਕਨੈਕਸ਼ਨ ਲਏ ਹੋਏ ਆ ਜੀ ਇੱਥੇ ਸਾਡੇ ਕੋਲ 25 ਕਨੈਕਸ਼ਨ ਆ ਜੀ ਅੱਛਾ ਜੀ ਹਾਂਜੀ ਹਾਂਜੀ ਅਤੇ ਇਹ ਇੱਧਰ ਜਿਵੇਂ ਆ ਡਬਲ ਪਟਾ ਇਹਦਾ ਇਹ ਜੇ ਬਿਜਲੀ ਨਾ ਹੋ ਫਿਰ ਇਹ ਆਸ਼ਰ ਦਾ ਇੰਜਣ ਹੈ ਜੀ ਅੱਛਾ ਜੀ ਅਤੇ ਇਹ ਫਿਰ ਇਹ ਚਲਾ ਦਿੰਦਾ ਹਾਂਜੀ 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 ਪਾਣੀ ਦਾ ਤੁਹਾਨੂੰ ਫਿਰ ਕੋਈ ਸਮੱਸਿਆ ਨਹੀਂ ਹੋਣੀ ਸਮੱਸਿਆ ਨਹੀਂ ਸਾਡੇ ਕੋਲ ਪਾਣੀ ਵਾਧੂ ਆ ਜੀ ਅੱਛਾ ਜੀ ਅਸੀਂ ਤਾਂ ਜਿਹੜੀ ਪੈਪ ਲੈਣ ਨਾ ਡਬਲ ਕੀਤੀ ਹੋਈ ਆ ਜੀ ਇਹ ਦਰਿਆ 'ਚ ਪਾਣੀ ਆਉਂਦਾ ਹੀ ਰਹਿੰਦਾ ਵਾ ਆਉਂਦਾ ਰਹਿੰਦਾ ਹਾਂਜੀ ਹਾਂ ਚੁੱਪ ਤਕਰੀਬਨ ਕਦੇ ਕਦੇ ਔਡਰ ਆ ਜਾਂ ਸੁੱਕ ਜਾਂਦਾ ਨਹੀਂ ਤਾਂ ਫਿਰ ਸਾਨੂੰ ਖੇਤਾਂ 'ਚ ਪਾਣੀ ਕੱਢਣਾ ਹੋਵੇ ਨਾ ਜੀ ਹਾਂਜੀ ਉਦੋਂ ਫਿਰ ਵਰ ਕੇ ਰਵਾਸੀ ਵੱਲ ਪੈਪ ਲੈਣਾ ਕੀਤੀਆਂ ਆ ਅੱਛਾ ਜੀ ਉਹ ਫਿਰ ਅਸੀਂ ਪਾਣੀ ਖੇਤ 'ਚ ਚਲੇ ਵੀ ਜਾਂਦਾ ਵਾਪਸ ਵੀ ਆ ਜਾਂਦਾ ਇਸੇ ਦਰਿਆ 'ਚ ਫਿਰ ਪਾ ਦੇਣਾ ਕਿਸੇ ਦੇ ਦੂਜੇ ਦੇ ਖੇਤ 'ਚ ਨਹੀਂ ਕੱਢਣਾ ਜਿੱਥੋਂ ਚੱਕਣਾ ਉੱਥੇ ਪਾ ਦੇਣਾ ਮੁੜ ਕੇ ਤੁਹਾਡੇ ਜਿਵੇਂ ਕਿ ਤੁਸੀਂ ਦੱਸ ਰਹੇ ਸੀ 20 ਕਿੱਲੇ ਤੱਕ ਤੁਹਾਡਾ ਖੇਤ ਅੱਗੇ ਨੂੰ ਇੱਧਰ ਨੂੰ ਹਾਂਜੀ 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 ਅਤੇ ਇੱਧਰ ਜਿਹੜਾ ਖੇਤ ਸਾਰੇ ਇੱਕੋ ਜਿਹੇ ਆ ਲੈਵਲ 'ਚ ਜੀ ਹਾਂ ਲੈਵਲ ਸਾਰੇ ਖੇਤ ਦਾ ਪਾਣੀ ਆ ਜਾਂਦਾ ਹਾਂਜੀ ਹਾਂਜੀ ਪੈਪਰਾਂ ਨੇ ਇਸ ਹਿਸਾਬ ਨਾਲ ਡਾਊਨ ਕੀਤੀ ਹੋਈ ਇੱਥੇ ਡੂੰਘੀ ਆ ਜੀ ਅੱਛਾ ਜੀ ਉੱਥੇ 2 ਫੁੱਟ ਤੇ ਇੱਥੇ 7-8 ਫੁੱਟ ਤੇ ਜਿਹੜਾ ਇਧਰੋਂ ਪਾਣੀ ਜਾਂਦਾ ਉਹ ਵੀ ਪਾਈਪ ਲਾਈਨ ਰਾਹੀਂ ਜਾਂਦਾ ਉਹ ਪਾਈਪ ਲਾਈਨ ਹਾਂਜੀ ਹਾਂਜੀ ਸਾਡੇ ਪਾਈਪ ਲਾਈਨ ਪਈ ਆ ਚਾਰ ਨੇ ਇਕੱਠੀਆਂ ਚਾਰ ਪਾਈਪ ਲਾਈਨਾਂ ਸਾਡੇ ਕੋਲ ਜੀ ਉਹ ਮੈਂ 2-in-1 ਆ ਸਿੰਜਦੀਆਂ ਵੀ ਆ ਅਤੇ ਆਪਣਾ ਪਾਣੀ ਨਿਕਾਸੀ ਵੀ ਕਰਦੀ ਨਿਕਾਸੀ ਵੀ ਕਰਦੀ ਅਤੇ ਜਿਹੜਾ ਇੰਜਨ ਇਹ ਕਿੰਨਾ ਖਰਚਾ ਇਹ 1.5 ਲੀਟਰ ਘੰਟੇ ਦਾ ਖਰਚਾ 1.5 ਲੀਟਰ ਦਾ ਇਹ ਇਹਦੀ ਲੋਡ ਜ਼ਿਆਦਾ ਪੈਂਦੀ ਆ ਕਿ ਲਾਈਟ ਰਹਿੰਦੀ ਐਮਰਜੈਂਸੀ ਜੇ ਨਾ ਹੋਵੇ ਜਦੋਂ ਹੁਣ ਕੋਈ ਮਰ ਕੇ ਆਪਣਾ ਲੇਬਰ ਬੈਠੀ ਆ ਆਪਣੇ ਝੋਨਾ ਲਾਉਣ ਵਾਲੀ ਤੇ ਉਹ ਚਲਾ ਲਈਦਾ ਆ ਬਾਕੀ ਪਾਣੀ ਦੀ ਘਾਟ ਤਾਂ ਪੂਰੀ ਕਰਨੀ ਪੈਂਦੀ ਆ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੇ ਪਾਣੀ ਦੀ ਫਸਲ ਨਹੀਂ ਹੈਗੀ ਆਪਣੀ ਬਿਲਕੁਲ ਜੀ ਤੇ ਇੱਥੇ ਤੁਹਾਡੇ ਝੋਨਿਆਂ ਦਾ ਝਾੜ ਕਿਵੇਂ ਰਹਿੰਦਾ ਕਾਫੀ ਨਿਕਲਦਾ ਹੋਊਗਾ ਜੀ ਤਕਰੀਬਨ ਬਾਲਾ ਨਹੀਂ ਤਕਰੀਬਨ ਕਦੇ 70-80 ਮਣ ਜਿਹਨੂੰ ਕਹਿੰਦੇ ਆਪਾਂ ਅੱਛਾ ਜੀ 80 ਮਣ ਤਾਂ ਪਹਿਲਾਂ 90 ਮਣ ਨਿਕਲਦਾ ਸੀਗਾ ਹੁਣ ਇਹ 65-70 ਦੇ ਰਹੀ ਜਾਂਦਾ ਬਿਲਕੁਲ ਜੀ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਜੀ ਤੁਹਾਡਾ ਫਾਰਮ ਹਾਊਸ ਦੇਖ ਕੇ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੇ ਪਾਸੇ ਚੜ੍ਹਦੀ ਕਲਾ ਕਰੇ ਤੁਹਾਡੀ ਮਾਲਕ ਹਾਂ ਜੀ ਹਾਂਜੀ ਬਿਲਕੁਲ ਜੀ ਦੁਗਣੀ ਰਾਤ ਚੁਗਣੀ ਤਰੱਕੀਆਂ ਬਖਸ਼ੇ ਧੰਨਵਾਦ ਜੀ ਧੰਨਵਾਦ